ਅਸੀਂ ਇਸ ਵੇਲੇ ਬਠਿੰਡਾ ਦੀ ਕਿਸੇ ਸਕ੍ਰੈਪ ਮਾਰਕੀਟ 'ਚ ਨਹੀਂ ਖੜੇ ਅਸੀਂ ਇਸ ਵੇਲੇ ਖੜੇ ਆ ਬਠਿੰਡਾ ਦੇ ਸਿਵਲ ਲਾਈਨ ਪੁਲਿਸ ਥਾਣੇ ਦੇ ਜੇ ਇੱਕ ਵਾਰ ਤਸਵੀਰਾਂ ਵੇਖ ਲਓਗੇ ਆਖਰਕਾਰ ਪੁਲਿਸ ਥਾਣੇ ਦਾ ਹਾਲ ਕੀ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਹੀਕਲ ਨੇ ਜਿਹੜੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਬੰਦ ਨੇ ਉਹ ਕਿੱਡੀ ਵੱਡੀ ਗਿਣਤੀ 'ਚ ਪੁਲਿਸ ਥਾਣੇ ਦਾ ਸ਼ਿੰਗਾਰ ਬਣੇ ਹੋਏ ਨੇ ਹਾਲਾਂਕਿ ਇਸ ਥਾਣੇ ਨੂੰ ਸਭ ਤੋਂ ਮਾਡਰਨ ਥਾਣਾ ਕਿਹਾ ਜਾਂਦਾ ਸੀ ਬਠਿੰਡਾ ਦਾ ਜਿਸ ਨੂੰ ਲੈ ਕੇ ਬਕਾਇਦਾ ਤੌਰ ਤੇ ਇਸ ਥਾਣੇ ਨੂੰ ਸਮਾਨਿਤ ਵੀ ਕੀਤਾ ਗਿਆ ਸੀ ਮਾਡਰਨਿਸਟ ਕਰਕੇ ਸੀ ਕਿ ਹਰ ਤਰ੍ਹਾਂ ਦੀ ਸਹੂਲਤ ਇਸ ਪੁਲਿਸ ਥਾਣੇ ਦੇ ਵਿੱਚ ਸੀ ਜਿਹੜੀ ਦਿੱਖ ਸੀ ਥਾਣੇ ਦੀ ਉਹ ਵਾਕਿਆ ਹੀ ਸੁੰਦਰ ਸੀ ਪਾਸੇ ਇਸ ਦੇਖ ਨੂੰ ਕਿਤੇ ਨਾ ਕਿਤੇ ਗ੍ਰੈਂਡ ਲੱਗਦਾ ਨਜ਼ਰ ਆ ਰਿਹਾ ਹੈ ਗ੍ਰੈਂਡ ਲਾਰੇ ਨੇ ਉਹ ਵਹੀਕਲ ਜਿਹੜੇ ਅਲਗ-ਅਲਗ ਮਾਮਲਿਆਂ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਬੰਦ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਸ ਪਾਸੇ ਵੀ ਤੁਹਾਡੀ ਨਜ਼ਰ ਜਾਏਗੀ ਚਾਰੇ ਪਾਸੇ ਤੁਹਾਨੂੰ ਵਹੀਕਲ ਨੇ ਜਿਹੜੇ ਉਹ ਕਾਫੀ ਵੱਡੀ ਗਿਣਤੀ ਵਿੱਚ ਨਜ਼ਰ ਆਉਣਗੇ ਹਾਲਾਂਕਿ ਪੁਲਿਸ ਆਪ ਦੇ ਤੌਰ ਤੇ ਇਹਨਾਂ ਵਹੀਕਲਾਂ ਨੂੰ ਪ੍ਰਸੀਜਰ ਦੇ ਅਥਿਊ ਰਿਲੀਜ਼ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਮਨ ਜੋ ਕੋਰਟ ਤੋਂ ਇਹਨਾਂ ਦੇ ਆਰਡਰ ਲੈ ਜਾਂਦੇ ਨੇ ਪਰ ਫਿਰ ਵੀ ਪੁਲਿਸ ਥਾਣੇ ਜ਼ਿਆਦਾਤਰ ਜਗ੍ਹਾ ਦੇ ਵਿੱਚ ਇਸੇ ਤਰ੍ਹਾਂ ਸਕ੍ਰੈਪ ਵਹੀਕਲ ਨੇ ਜਿਹੜੇ ਉਹ ਖੜੇ ਨਜ਼ਰ ਆ ਰਹੇ ਨੇ ਕਾਫੀ ਵਹੀਕਲ ਤਾਂ ਇੰਨੇ ਖਰਾਬ ਹੋ ਚੁੱਕੇ ਨੇ ਕਿ ਉਹ ਚੱਲਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਹਾਲਾਂਕਿ ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਜ਼ਿਆਦਾਤਰ ਵਹੀਕਲ ਨੇ ਕੋਰਟ ਦੀ ਮਨਜ਼ੂਰੀ ਤੋਂ ਬਾਅਦ ਉਹਨਾਂ ਨੂੰ ਸਕ੍ਰੈਪ ਕਰਨਾ ਤੇ ਅੱਗੇ ਉਹਨਾਂ ਨੂੰ ਅੱਗੇ ਦੇ ਅਗੇ ਆਕਸ਼ਨ ਕਰਨਾ ਹੈਗਾ ਪਰ ਫਿਰ ਵੀ ਤੁਸੀਂ ਵੇਖ ਸਕਦੇ ਹੋ ਕਿਸ ਮਾਡਰਨ ਥਾਣੇ ਦਾ ਸ਼ਿੰਗਾਰ ਬਣੇ ਹੋਏ ਨੇ ਕਾਫੀ ਵੱਡੀ ਗਿਣਤੀ ਵਿੱਚ ਇਹ ਵਹੀਕਲ ਨੇ ਲੰਬੀ ਨਗਰ ਮਾਰੋ ਤੁਹਾਨੂੰ ਵਹੀਕਲ ਦੇ ਮੋਟਰਸਾਈਕਲ ਨੇ ਟੂ व्हीਲਰ ਨੇ ਉਨਾਂ ਜਰ ਆਉਣਗੇ ਹਾਲਾਂਕਿ ਐਸ ਐਚਓ ਸਾਹਿਬ ਵੀ ਹਵਾਲਾ ਦੇ ਰਹੇ ਨੇ ਕਿ ਜਲਦੀ ਇਸ ਸਕਰੇਪ ਵਾਲੇ ਵਹੀਕਲਾਂ ਤੋਂ ਜਾਂ ਜਿਹੜੇ ਮਾਲ ਮੁਕੱਦਮੇ ਵਾਲੇ ਵਹੀਕਲ ਹੈ ਇਹਨਾਂ ਤੋਂ ਨਜਾਤ ਮਿਲੇਗੀ ਤੇ ਜਿਹੜਾ ਮਾਡਰਨ ਥਾਣਾ ਹੈ ਉਸ ਤੇ ਲੱਗਿਆ ਹੈ ਗ੍ਰਹਿਣ ਹੈ ਦੂਰ ਹੋਏਗਾ ਜਿਹੜੇ ਵਹੀਕਲਾ ਅਲੱਗ-ਅਲੱਗ ਮੁਕੱਦਮੇ ਵਿੱਚ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਕਬਜ਼ੇ ਚ ਲੈ ਜਾਂਦੇ ਜਦੋਂ ਜਿਹੜਾ ਮੁਕੱਦਮੇ ਦੀ ਨਿਪਟਾਰਾ ਹੋ ਜਾਂਦਾ ਹੈਗਾ ਕੋਰਟ ਵੱਲੋਂ ਤੇ ਅੱਗੇ ਕੋਈ ਅਪੀਲ ਪੈਂਡਿੰਗ ਨਹੀਂ ਉਸ ਤੋਂ ਬਾਅਦ ਜਿਹੜਾ ਮਾਨਯੋਗ ਅਦਾਲਤ ਤੋਂ ਇਹਦੇ ਹੁਕਮ ਹਾਸਲ ਕਰਕੇ ਤੇ ਇਹਨਾਂ ਦੀ ਆਪਸ਼ਨ ਜਿਹੜੀ ਹੈਗੀ ਆ ਉਹ ਕਰਵਾਈ ਜਾਂਦੀ ਹੈ ਹੁਣ ਵੀ ਜਿਸ ਤਹਿਤ ਜਿਹੜਾ ਹੈਗਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਦੇਸ਼ਾ ਨਿਰਦੇਸ਼ਾ ਤਹਿਤ ਜਿਹੜਾ ਹੈਗਾ ਜ਼ਿਲ੍ਹਾ ਬਠਿੰਡੇ ਵਿੱਚ ਵੱਖ-ਵੱਖ ਥਾਣਿਆਂ ਦੇ ਜਿਹੜੇ ਹੈਗੇ ਜਿਨ੍ਹਾਂ 'ਚ ਫੈਸਲੇ ਹੋ ਗਏ ਮਕਦਮਿਆਂ ਦੇ ਉਹਨਾਂ ਦੇ ਜਿਹੜੇ ਵੀਕਲ ਆ ਉਹਨਾਂ ਦੀ ਆਪਸ਼ਨ 16 1 2024 ਨੂੰ ਜਿਹੜਾ ਪੁਲਿਸ ਲਾਈਨ ਬਠਿੰਡਾ ਵਿੱਚ ਰੱਖੀ ਗਈ ਹੈ ਸਰ ਦਿੱਕਤ ਕਿੰਨੀ ਨੇ ਥਾਣੇ ਜਗ੍ਹਾ ਪਹਿਲਾਂ ਹੀ ਬਹੁਤ ਘੱਟ ਹੈ ਵਹੀਕਲ ਦੇਖ ਰਹੇ ਹਾਂ ਬਹੁਤ ਜ਼ਿਆਦਾ ਖੜੇ ਨੇ ਖਾਸ ਕਰਕੇ ਮੋਟਰਸਾਈਕਲ ਦੀ ਬੜੀ ਲੰਬੀ ਲਾਈਨ ਲੱਗੀ ਹੈ ਜੋ ਸਾਡੇ ਕੋਲ ਜਿਹੜੇ ਵਹੀਕਲ ਹੈ ਜੋ ਵਕ ਵਕ ਮੁਕਦਮੇ ਅਜੇ ਹਜੇ ਜਿਹੜੇ ਜੇਰੇ ਸਮੈਤ ਹੈਗੇ ਆ ਉਹੀ ਵਹੀਕਲ ਖੜੇ ਆ ਜਦੋਂ ਮੁਕਦਮੇ ਦਾ ਨਿਪਟਾਰਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਹੀ ਜਿਹੜੇ ਆ ਉਹਦਾ ਜਿਹੜਾ ਹੈਗਾ ਆਪਸ਼ਨ ਹੋ ਗਿਆ ਰ ਜਿਹੜਾ ਫੈਸਲਾ ਕਰਵਾਇਆ ਜਾ ਸਕਦਾ ਹੈ ਆਪਸ਼ਨ ਸੰਬੰਧੀ ਅਸੀਂ ਇਸ ਵੇਲੇ ਬਠਿੰਡਾ ਦੀ ਕਿਸੇ ਸਕ੍ਰੈਪ ਮਾਰਕੀਟ 'ਚ ਨਹੀਂ ਖੜੇ ਅਸੀਂ ਇਸ ਵੇਲੇ ਖੜੇ ਆ ਬਠਿੰਡਾ ਦੇ ਸਿਵਲ ਲਾਈਨ ਪੁਲਿਸ ਥਾਣ ਪੁਲਿਸ ਥਾਣੇ ਦਾ ਹਾਲ ਕੀ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਹੀਕਲ ਨੇ ਜਿਹੜੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਬੰਦ ਨੇ ਉਹ ਕਿੱਡੀ ਵੱਡੀ ਗਿਣਤੀ ਚ ਪੁਲਿਸ ਥਾਣੇ ਦਾ ਸ਼ਿੰਗਾਰ ਬਣੇ ਹੋਏ ਨੇ ਹਾਲਾਂਕਿ ਇਸ ਥਾਣੇ ਨੂੰ ਸਭ ਤੋਂ ਮਾਡਰਨ ਥਾਣਾ ਕਿਹਾ ਜਾਂਦਾ ਸੀ ਬਠਿੰਡਾ ਦਾ ਜਿਸ ਨੂੰ ਲੈ ਕੇ ਬਕਾਇਦਾ ਤੌਰ ਤੇ ਇਸ ਥਾਣੇ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਮਾਡਰਨਿਸ ਕਰਕੇ ਸੀ ਕਿ ਹਰ ਤਰ੍ਹਾਂ ਦੀ ਸਹੂਲਤ ਇਸ ਪੁਲਿਸ ਥਾਣੇ ਦੇ ਵਿੱਚ ਸੀ ਜਿਹੜੀ ਦਿੱਖ ਸੀ ਥਾਣੇ ਦੀ ਉਹ ਵਾਕਿਆ ਹੀ ਸੁੰਦਰ ਸੀ ਪਾਸੇ ਇਸ ਦੇਖ ਨੂੰ ਕਿਤਨਾ ਕਿਤੇ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ ਗ੍ਰਹਿਣ ਲਾਰੇ ਨੇ ਉਹ ਵਹੀਕਲ ਜਿਹੜੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਬੰਦ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਸ ਪਾਸੇ ਵੀ ਤੁਹਾਡੀ ਨਜ਼ਰ ਜਾਏਗੀ ਚਾਰੇ ਪਾਸੇ ਤੁਹਾਨੂੰ ਵਹੀਕਲ ਨੇ ਜਿਹੜੇ ਉਹ ਕਾਫੀ ਵੱਡੀ ਗਿਣਤੀ ਵਿੱਚ ਨਜ਼ਰ ਆਉਣਗੇ ਹਾਲਾਂਕਿ ਪੁਲਿਸ ਆਪ ਦੇ ਤੌਰ ਤੇ ਇਹਨਾਂ ਵਹੀਕਲਾਂ ਨੂੰ ਪ੍ਰੋਸੀਜਰ ਦੇ ਅਥੀਊ ਰੀਲੀਜ਼ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਮਨ ਜੋ ਕੋਰਟ ਤੋਂ ਇਹਨਾਂ ਦੇ ਆਰਡਰ ਲਏ ਜਾਂਦੇ ਨੇ ਪਰ ਫਿਰ ਵੀ ਪੁਲਿਸ ਥਾਣੇ ਜ਼ਿਆਦਾਤਰ ਜਗ੍ਹਾ ਦੇ ਵਿੱਚ ਇਸੇ ਤਰ੍ਹਾਂ ਸਕਰੈਪ ਵਹੀਕਲ ਨੇ ਜਿਹੜੇ ਉਹ ਖੜੇ ਨਜ਼ਰ ਆ ਰਹੇ ਨੇ ਕਾਫੀ ਵਹੀਕਲ ਤਾਂ ਇੰਨੇ ਖਰਾਬ ਹੋ ਚੁੱਕੇ ਨੇ ਕਿ ਉਹ ਚੱਲਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਹਾਲਾਂਕਿ ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਜ਼ਿਆਦਾਤਰ ਵਹੀਕਲ ਨੇ ਕੋਰਟ ਦੀ ਮਨਜ਼ੂਰੀ ਤੋਂ ਬਾਅਦ ਉਹਨਾਂ ਨੂੰ ਸਕ੍ਰੈਪ ਕਰਨਾ ਤੇ ਅੱਗੇ ਉਹਨਾਂ ਨੂੰ ਅੱਗੇ ਦੇ ਅਗੇ ਆਕਸ਼ਨ ਕਰਨਾ ਹੈਗਾ ਪਰ ਫਿਰ ਵੀ ਤੁਸੀਂ ਵੇਖ ਸਕਦੇ ਹੋ ਕਿ ਇਸ ਮਾਡਰਨ ਥਾਣੇ ਦਾ ਸ਼ਿੰਗਾਰ ਬਣੇ ਹੋਏ ਨੇ ਕਾਫੀ ਵੱਡੀ ਗਿਣਤੀ ਵਿੱਚ ਇਹ ਵਹੀਕਲ ਨੇ ਲੰਬੀ ਨਗਰ ਮਾਰੋ ਤੁਹਾਨੂੰ ਵਹੀਕਲ ਗਰੇ ਮੋਟਰਸਾਈਕਲ ਨੇ ਟੂ व्हीਲਰ ਨੇ ਉਨਾਂ ਜਰਾਉਣਗੇ ਹਾਲਾਂਕਿ ਐਸ ਐਚਓ ਸਾਹਿਬ ਵੀ ਹਵਾਲਾ ਦੇ ਰਹੇ ਨੇ ਕਿ ਜਲਦੀ ਇਸ ਸਕ੍ਰੈਪ ਵਾਲੇ ਵਹੀਕਲਾਂ ਤੋਂ ਜਾਂ ਜਿਹੜੇ ਮਾਲ ਮੁਕੱਦਮੇ ਵਾਲੇ ਵਹੀਕਲ ਹੈ ਇਹਨਾਂ ਤੋਂ ਨਜਾਤ ਮਿਲੇਗੀ ਤੇ ਜਿਹੜਾ ਮਾਡਰਨ ਥਾਣਾ ਹੈ ਉਸ ਤੇ ਲੱਗਿਆ ਹੈ ਗ੍ਰਹਿਣ ਹੈ ਦੂਰ ਹੋਏਗਾ ਜਿਹੜੇ ਵਹੀਕਲਾ ਅਲੱਗ-ਅਲੱਗ ਮੁਕੱਦਮੇ 'ਚ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਕਬਜ਼ੇ 'ਚ ਲਏ ਜਾਂਦੇ ਜਦੋਂ ਜਿਹੜਾ ਮੁਕੱਦਮੇ ਦੀ ਨਿਪਟਾਰਾ ਹੋ ਜਾਂਦਾ ਹੈਗਾ ਕੋਰਟ ਵੱਲੋਂ ਤੇ ਅੱਗੇ ਕੋਈ ਅਪੀਲ ਪੈਂਡਿੰਗ ਨਹੀਂ ਉਸ ਤੋਂ ਬਾਅਦ ਜਿਹੜਾ ਮਾਨਯੋਗ ਅਦਾਲਤ ਤੋਂ ਇਹਦੇ ਹੁਕਮ ਹਾਸਲ ਕਰਕੇ ਤੇ ਇਹਨਾਂ ਦੀ ਆਪਸ਼ਨ ਜਿਹੜੀ ਹੈਗੀ ਆ ਉਹ ਕਰਵਾਈ ਜਾਂਦੀ ਹੈ ਹੁਣ ਵੀ ਜਿਸ ਤਹਿਤ ਜਿਹੜਾ ਹੈਗਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਤ ਜਿਹੜਾ ਹੈਗਾ ਜ਼ਿਲ੍ਹਾ ਬਠਿੰਡੇ ਵਿੱਚ ਵੱਖ-ਵੱਖ ਥਾਣਿਆਂ ਦੇ ਜਿਹੜੇ ਹੈਗੇ ਜਿਨ੍ਹਾਂ 'ਚ ਫੈਸਲੇ ਹੋ ਗਏ ਅ ਮਕਦਮਿਆਂ ਦੇ ਉਹਨਾਂ ਦੇ ਜਿਹੜੇ ਵੀਕਲ ਆ ਉਹਨਾਂ ਦੀ ਆਕਸ਼ਨ 16 1 2024 ਨੂੰ ਜਿਹੜਾ ਪੁਲਿਸ ਲਾਈਨ ਬਠਿੰਡਾ ਵਿੱਚ ਰੱਖੀ ਗਈ ਹੈ ਸਰ ਦਿੱਕਤ ਕਿੰਨੇ ਦੇ ਥਾਣੇ ਜਗ੍ਹਾ ਪਹਿਲਾਂ ਹੀ ਬਹੁਤ ਘੱਟ ਹੈ ਵੀਕਲ ਦੇਖ ਰਿਹਾ ਬਹੁਤ ਜ਼ਿਆਦਾ ਖੜੇ ਨਹੀਂ ਖਾਸ ਕਰਕੇ ਮੋਟਰਸਾਈਕਲ ਦੀ ਬੜੀ ਲੰਬੀ ਲਾਈਨ ਲੱਗੀ ਹੈ ਜੋ ਸਾਡੇ ਕੋਲ ਜਿਹੜੇ ਵਹੀਕਲ ਹੈ ਜੋ ਵਕ ਵਕ ਮੁਕਦਮੇ ਅਜੇ ਹਜੇ ਜਿਹੜੇ ਜੇਰੇ ਸਮੈਤ ਹੈਗੇ ਆ ਉਹੀ ਵਹੀਕਲ ਖੜੇ ਆ ਜਦੋਂ ਮੁਕਦਮੇ ਦਾ ਨਿਪਟਾਰਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਹੀ ਜਿਹੜੇ ਆ ਉਹਦਾ ਜਿਹੜਾ ਹੈਗਾ ਆਕਸ਼ਨ ਹੋ ਗਿਆ ਰ ਜਿਹੜਾ ਫੈਸਲਾ ਕਰਵਾਇਆ ਜਾ ਸਕਦਾ ਹੈ ਆਕਸ਼ਨ ਸੰਬੰਧੀ ਬਠਿੰਡਾ ਤੋਂ ਸੂਰਜਪਾਲ న్యూਸ 18 ਪੰਜਾਬ